ਸਾਨੂੰ ਫਿਰ ਦੱਸ ਦਈਏ ਕਿ ਇਸ ਵੇਲੇ ਜੋ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਇਸ ਵੇਲੇ ਪਿੰਡ ਮਹਾਲਾ 'ਤੇ ਪਹੁੰਚ ਚੁੱਕਾ ਹੈ। ਪਿੰਡ ਗੁਰੂ ਕੈ ਤੋਂ ਚੱਲ ਕੇ ਪਿੰਡ ਮਹਾਲਾ ਵਿਖੇ ਇਹ ਮਾਰਚ ਟਰੈਕਟਰ ਮਾਰਚ ਕਿਸਾਨ ਮੋਰਚੇ ਦਾ ਪਹੁੰਚ ਚੁੱਕਾ ਹੈ ਜੀ। ਅਸੀਂ ਦੇਖ ਰਹੇ ਹਾਂ ਕਿ ਅੱਜ ਪਿੰਡ ਰੈਕੇ ਕਲਾਂ ਤੋਂ ਚੱਲ ਕੇ ਇਹ ਟਰੈਕਟਰ ਮਾਰਚ ਜਿਹੜਾ ਹੈਗਾ ਇਹ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਅਤੇ ਇਸ ਵੇਲੇ ਪਿੰਡ ਗੁਰੂ ਕੇ ਤੋਂ ਪਿੰਡ ਮਹਾਲਾ ਵੱਲ ਨੂੰ ਜਾਂਦਾ ਹੋਇਆ ਇਹ ਟਰੈਕਟਰ ਮਾਰਚ ਬਹੁਤ ਕਾਫੀ ਲੰਮਾ ਇਹ ਕਾਫਲਾ ਹੈ। ਤੁਸੀਂ ਦੇਖ ਰਹੇ ਹੋ ਗੁਰਬਾਣੀ ਵਿਰਸਾ ਚੈਨਲ ਦੇ ਰਾਹੀਂ ਟਰੈਕਟਰ ਰੋਸ ਮਾਰਚ ਪਿੰਡ ਰੈਕੇ ਕਲਾਂ ਤੋਂ ਚੱਲ ਕੇ ਪਿੰਡਾਂ ਵਿੱਚ ਹੀ ਹੁੰਦਾ ਹੋਇਆ ਇਹ ਇਸ ਵੇਲੇ ਪਹੁੰਚ ਚੁੱਕਾ ਹੈ ਜੀ ਪਿੰਡ ਮਹਾਲਾ ਦੇ ਵੱਲ ਨੂੰ ਵਾਧਾ ਹੋਇਆ। ਦੇਖ ਰਹੇ ਹੋ ਟਰੈਕਟਰ ਮਾਰਚ ਪਿੰਡ ਮਹਾਲਾ ਦੇ ਵੱਲ ਨੂੰ ਜਾਂਦਾ ਹੋਇਆ ਜੋ ਦਿੱਲੀ ਵਿਖੇ ਮੋਰਚਾ ਚੱਲ ਰਿਹਾ ਹੈ ਕਿਸਾਨ ਮੋਰਚਾ। ਅੱਜ ਇਹ ਮੋਰਚਾ ਸਾਰੇ ਆਲ ਵਰਲਡ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਲਈ ਲੋਕ ਖੜ੍ਹੇ ਨੇ। ਹੋਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਇਸ ਕਿਸਾਨ ਮੋਰਚੇ ਦੇ ਵਿੱਚ ਦਿੱਲੀ ਇੱਕ ਵਾਰੀ ਜ਼ਰੂਰ ਜਾਓ। ਦੇਖੋ ਇਹ